हेलो डियर स्टूडेंट्स वेलकम टू द YouTube चैनल लर्न विद हरविंदर सरा मैं आज इस तरह वीडियो ਵਿੱਚ ਸਿੱਖ ਕਰਾਂਗੇ ਪੀਐਸਸੀਬੀ ਕਲਾਸ 6th ਇੰਗਲਿਸ਼ ਦਾ ਲੈਸਨ ਨੰਬਰ 7 ਜਿਸ ਦਾ ਨਾਮ ਹੈ ਪਲੇਇੰਗ ਕਬੱਡੀ ਪਿਆਰੇ ਵਿਦਿਆਰਥੀਓ ਇਸ ਵੀਡੀਓ ਵਿੱਚ ਪਹਿਲਾਂ ਸਿਰ ਇਸ ਪਾਰਟ ਨੂੰ ਪੜ੍ਹਾਂਗੇ ਸਮਝਾਂਗੇ ਅਤੇ ਇਸ ਤੋਂ ਬਾਅਦ ਇਸ ਦੇ ਕੁਐਸਚਨ ਆਨਸਰਸ ਕਰਾਂਗੇ ਪਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼ ਇਸ ਤਰ੍ਹਾਂ ਦੇ ਹੋਰ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਲਰਨ ਵਿਦ ਹਰਵਿੰਦਰ ਸਰਾਵ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਿੱਖਾਂਗੇ ਔਖੇ ਸ਼ਬਦਾਂ ਦੇ ਅਰਥ ਰਿਪੀਟ रिपीट ਦਾ ਅਰਥ ਹੁੰਦਾ ਦੁਵਾਰਾ ਦੋ ਕਰਨਾ ਜਾਂ ਦੁਹਰਾਣਾ ਫਾਰਮਡ ਫਾਰਮ ਹੁੰਦਾ ਕਿਸੇ ਚੀਜ਼ ਦਾ ਗਠਨ ਕਰਨਾ ਬ੍ਰੈਥ ਬ੍ਰੈਥ ਦਾ ਅਰਥ ਹੁੰਦਾ ਸਾਹ ਟੱਚ ਟੱਚ ਦਾ ਅਰਥ ਹੁੰਦਾ ਛੂਆ ਇੰਟਰਨੈਸ਼ਨਲ ਅੰਤਰਰਾਸ਼ਟਰੀ ਟੂਰਨਾਮੈਂਟ ਮੁਕਾਬਲਾ ਤੇ ਅੱਜ ਅਸੀਂ ਕਿਹੋ ਜਿਹੇ ਸ਼ਬਦਾਂ ਦੇ ਅਰਥ ਆਹ ਨੂੰ ਅਸੀਂ ਪੜਨੂੰ ਪੜਦੇ ਹਾਂ ਸਪੋਰਟਸ ਆਰ ਵੈਰੀ ਇੰਪੋਰਟੈਂਟ ਇਨ ਆਰ ਲਾਈਫਸ ਇਫ ਵੀ ਪਲੇ ਸਪੋਰਟਸ ਵੀ ਕੀਪ ਯੰਗ ਕੇਨ ਹੈਲਥੀ ਸਾਡੇ ਜੀਵਨ ਵਿੱਚ ਖੇਡਾਂ ਦਾ ਬਹੁਤ ਮਹੱਤਵ ਹੈ ਜੇ ਅਸੀਂ ਖੇਡਾਂ ਖੇਡਦੇ ਹਾਂ ਤਾਂ ਸੇ ਜਵਾਨ ਅਤੇ ਸਿਹਤਮੰਦ ਰਹਿੰਦੇ ਹਾਂ ਇਨ ਵਿਲੇजेस ਮੈਨੀ ਸਪੋਰਟਸ ਐਂਡ ਗੇਮਸ ਆਰ ਪਲੇਡ ਵਨ ਗੇਮ ਇਜ਼ ਵੈਰੀ ਪਪੂਲਰ ਵਿਚ ਇਜ਼ ਕਬੱਡੀ ਸਾਡੇ ਪਿੰਡਾਂ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਇਹ ਖੇਡ ਜੋ ਬਹੁਤ ਮਸ਼ਹੂਰ ਹੈ ਉਹ ਹੈ ਕਬੱਡੀ ਕਬੱਡੀ ਇਜ਼ ਅ ਟੀਮ ਗੇਮ ਇਟ ਇਜ਼ ਅ ਵੈਰੀ ਐਂਟਰਟੇਨਿੰਗ ਗੇਮ ਕਬੱਡੀ ਟੀਮ ਖੇਡ ਹੈ ਇਹ ਬਹੁਤ ਹੀ ਮਨੋਰੰਜਕ ਖੇਡ ਹੈ Players of kabaddi need to be strong and quick on their feet they should be able to control their breath and hold it for a long time kabaddi de khiladiyan nu apne pairan te mazboot ate tez hon di zarurat hundi hai unnanu apne sahan nu niyantrit karan ate sune lambe samay tak rook ke rakhnan di bhi zarurat hundi hai a line to divide the two teams is drawn on the ground each team has 7 players ਦੋਹਾਂ ਟੀਮਾਂ ਨੂੰ ਵੰਡਣ ਲਈ ਜ਼ਮੀਨ ਉੱਤੇ ਇੱਕ ਲਾਈਨ ਬਣਾਈ ਜਾਂਦੀ ਹੈ ਹਰ ਟੀਮ ਵਿੱਚ ਸੱਤ ਖਿਡਾਰੀ ਹੁੰਦੇ ਹਨ ਦਾ ਟੂ ਟੀਮ ਸਟੈਂਡ ਆਪੋਜ਼ਿਟ ਟੂ ਈਚ ਅਦਰ ਵਿਦ ਦਾ ਲਾਈਨ ਬੀਟਵੀਨ ਥੈਮ ਦੋਵੇਂ ਟੀਮਾਂ ਆਪਸ ਵਿੱਚ ਇੱਕ ਦੂਜੇ ਦੇ ਵਿਰੋਧੀਆਂ ਇੱਕ ਦੂਜੇ ਦੇ ਆਪੋਜ਼ਿਟ ਖੜੀਆਂ ਹੁੰਦੀਆਂ ਹਨ ਅਤੇ ਉਹਨਾਂ ਵਿਚਕਾਰ ਇੱਕ ਲਾਈਨ ਹੁੰਦੀ ਹੈ ਅ ਮੈਂਬਰ ਆਫ ਵਨ ਟੀਮ ਕ੍ਰੋਸਸ ਦਾ ਲਾਈਨ ਐਂਡ ਗੋਸ ਇਨਟੂ ਦਾ ਆਪੋਜ਼ਿੰਗ ਕੈਂਪ ਸੇਇੰਗ ਕਬੱਡੀ ਕਬੱਡੀ ਵਾਈਲ ਆਲਸੋ ਹੋਲਡਿੰਗ ਦਾ ਬ੍ਰੈਥ ਇਫ ਸ਼ੀ অর ਹੀ is able to touch one or more persons while saying the word kabaddi and holding breath and runs back to their side the person who is touched is declared out ਇੱਕ ਟੀਮ ਦਾ ਇੱਕ ਮੈਂਬਰ ਲਾਈਨ ਨੂੰ ਪਾਰ ਕਰਦਾ ਅਤੇ ਸਾਰ ਹੋ ਕੇ ਕਬੱਡੀ ਕਬੱਡੀ ਕਹਿੰਦਾ ਹੋਇਆ ਵਿਰੋਧੀ ਕੈਂਪ ਵਿੱਚ ਜਾਂਦਾ ਹੈ ਜੇ ਉਹ ਕਬੱਡੀ ਸ਼ਬਦ ਬੋਲਦੇ ਸਮੇਂ ਇੱਕ ਜਾਂ ਦੋ ਵਿਅਕਤੀਆਂ ਨੂੰ ਛੂ ਲੈਂਦਾ ਹੈ ਅਤੇ ਸਾਰ ਹੋ ਕੇ ਆਪਣੇ ਕੈਂਪ ਵੱਲ ਵਾਪਸ ਦੌੜਦਾ ਤਾਂ ਉਹ ਵਿਅਕਤੀ ਜਿਸ ਨੂੰ ਛੂਇਆ ਜਾਂਦਾ ਹੈ ਉਹ ਬਾਹਰ ਹੋ ਜਾਂਦਾ ਹੈ ਉਹ ਆਊਟ ਹੋ ਜਾਂਦਾ ਹੈ then another team member crosses the line however if she or he is caught on the opposite side and is not able to get back to the team while saying kabaddi and holding breath she or he is declared out is to baad doji team da ek member line nu paar karda halanki je oh ult disha vich phas janda ate kabaddi bolan ate sa rukan doran apne team vich ਵਾਪਸੀ ਕਰਨ ਵਿੱਚ ਅਸਮਰਥ ਹੁੰਦਾ ਹੈ ਕਿ ਇਹ ਵਾਪਸ ਨਹੀਂ ਆ ਪੰਦਾ ਤਾਂ ਉਸ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ ਵੈਨ 올 ਦਾ ਮੈਂਬਰਸ ਆਫ ਅ ਟੀਮ ਆਰ ਆਊਟ द ਅਦਰ ਟੀਮ wins द ਗੇਮ ਜਦੋਂ ਇੱਕ ਟੀਮ ਦੇ ਸਾਰੇ ਮੈਂਬਰਸ ਆਊਟ ਹੋ ਜਾਂਦੇ ਨੇ ਤਾਂ ਦੂਜੀ ਟੀਮ ਇਹ ਗੇਮ ਜਿੱਤ ਜਾਂਦੀ ਹੈ ਕਬੱਡੀ ਇਜ਼ ਵੈਰੀ ਪਪੂਲਰ 올 ਓਵਰ ਪੰਜਾਬ ਪੂਰੇ ਪੰਜਾਬ ਵਿੱਚ ਕਬੱਡੀ ਦੀ ਖੇਡ ਬਹੁਤ ਮਸ਼ਹੂਰ ਹੈ ਸਲੋਲੀ ਇਟ ਇਜ਼ ਬਿਕਮਿੰਗ ਪਪੂਲਰ ਇੰਟਰਨੈਸ਼ਨਲੀ ਆਲਸੋ हौली हौली अंतरराशरी पदर से भी यह खेड प्रसिद्ध हो रही है द कबड्डी कबड्डी वर्ल्ड कप एक इनडोर इंटरनेशनल कबड्डी मुकाबला है अंतरराशी कबड्डी फैडरे द्वारा आयोजित किया जाता है ਇਸ ਮੁਕਾਬਲੇ ਵਿੱਚ ਪੁਰਸ਼ ਅਤੇ ਔਰਤ ਦੋਹਾਂ ਦੀਆਂ ਕੌਮੀ ਟੀਮਾਂ ਭਾਗ ਲੈਂਦੀਆਂ ਹਨ ਦ ਕੰਪੀਟੀਸ਼ਨ ਸਟਾਰਟਡ ਇਨ 2004 ਵਰਲਡ ਕੱਪ ਇਹ ਮੁਕਾਬਲਾ 2004 ਵਰਲਡ ਕੱਪ ਤੋਂ ਸਟਾਰਟ ਹੋਇਆ ਇਟ ਹੈਸ ਕੰਟੀਨਿਊਡ ਸਿንስ ਦੈਨ ਤੇ ਉਸ ਤੋਂ ਬਾਅਦ ਇਹ ਜਾਰੀ ਰਿਹਾ ਇੰਡੀਆ ਹੈਸ ਡਨ ਵੈਲ ਇਨ ਥੀਸ ਟੂਰਨਾਮੈਂਟਸ ਤੇ ਭਾਰਤ ਨੇ ਇਹਨਾਂ ਟੂਰਨਾਮੈਂਟਸ ਵਿੱਚ ਬਹੁਤ ਵਧੀਆ ਕੀਤਾ ਮੋਸਟ ਟੂਰਨਾਮੈਂਟਸ ਹੈਵ ਬੀਨ ਵਨ ਬਾਈ ਇੰਡੀਆ ਕਿ ਜ਼ਿਆਦਾਤਰ ਟੂਰਨਾਮੈਂਟ ਭਾਰਤ ਨੇ ਜਿੱਤੇ ਹਨ ਦੇ ਪਿਆਰੇ ਵਿਦਿਆਰਥੀਓ ਅੱਜ ਇਹ ਤੁਹਾਡਾ ਪਾਰਟ ਪਲੇਇੰਗ ਕਬੱਡੀ ਤੇ ਹੁਣ ਆਪ ਸਾਰੇ ਵਿਦਿਆਰਥੀ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਕਿ ਆਪ ਸਾਰਿਆਂ ਨੇ ਕਦੇ ਕਬੱਡੀ ਦੀ ਖੇਡ ਖੇਡੀ ਹੈ ਜਾਂ ਨਹੀਂ ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਰਟ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਹੁਣ ਅਸੀਂ ਕਰਾਂਗੇ ਇਸ ਦੇ ਕੁਐਸਚਨ ਆਨਸਰਸ ਸਭ ਤੋਂ ਪਹਿਲੇ ਐਕਟੀਵਿਟੀ 2 ਜਿਸ ਵਿੱਚ ਅਸੀਂ ਸੈਂਟੈਂਸਸ ਬਣਾਣੇ ਹਨ ਬ੍ਰੈਥ ਬ੍ਰੈਥ ਦਾ ਅਰਥ ਹੁੰਦਾ ਸਾਹ ਤੇ ਬ੍ਰੈਕਟ ਵਿੱਚ ਐਨ ਲਿਖਿਆ ਜਿਸ ਦਾ ਅਰਥ ਹੈ ਕਿ ਇਹ ਇੱਕ ਨਾਉਨ ਹੈ ਦ 에어 ਦੈਟ ਗੋਜ਼ ਇਨ ਐਂਡ ਆਊਟ ਆਫ ਮਾਉਥ ਨੋਜ਼ ਸਾਡੇ ਮੂੰਹ ਜਾਂ ਸਾਡੇ ਨੱਕ ਤੋਂ ਜਿਹੜੀ ਹਵਾ ਅੰਦਰ ਬਾਹਰ ਜਾਂਦੀ ਹੈ ਤੇ ਉਸ ਨੂੰ ਬ੍ਰੈਥ ਕਿਹਾ ਜਾਂਦਾ ਤੇ ਇਹ ਇੱਕ ਨਾਉਨ ਹੈ ਤੇ ਇੱਕ ਸੈਂਟੈਂਸ ਪਹਿਲਾਂ ਹੀ ਬਣਿਆ ਹੋਇਆ ਹੀ ਟੁਕ ਅ ਡੀਪ ਬ੍ਰੈਥ ਐਂਡ ਜੰਪ ਇੰਟੂ ਦਾ ਵਾਟਰ ਕਿ ਉਸਨੇ ਗਹਿਰਾ ਸਾਹ ਲਿਆ ਅਤੇ ਪਾਣੀ ਵਿੱਚ ਉਹ ਪਾਣੀ ਵਿੱਚ ਉਸਨੇ ਜੰਪ ਕੀਤਾ ਤੇ ਅਸੀਂ ਕਿਹੜਾ ਸੈਂਟੈਂਸ ਬਣਾ ਸਕਦੇ ਹਾਂ ਪਲੇਅਰ ਸ਼ੁੱਡ ਬੀ ਐਬਲ ਟੂ ਹੋਲਡ देयर ਬ੍ਰੈਥ ਤੇ ਕਬੱਡੀ ਖੇਡ ਵਿੱਚ ਪੜਿਆ ਨਾ ਕਿ ਪਲੇਅਰ ਸ਼ੁੱਡ ਬੀ ਐਬਲ ਟੂ ਹੋਲਡ ਥੇਅਰ ਬ੍ਰੈਥ ਤੇ ਉਹੀ ਅਸੀਂ ਇੱਥੇ ਲਿਖਿਆ ਹੈ ਮੈਂਬਰ ਮੈਂਬਰ ਇੱਕ ਨਾਉਨ ਹੈ a person who belongs to a group or a team ਤੇ ਸੈਂਟੈਂਸ ਬਣਿਆ ਹੋਇਆ ਹੈ ਹੀ ਇਜ਼ ਅ ਮੈਂਬਰ ਆਫ ਦਾ ਫੁੱਟਬਾਲ ਟੀਮ ਤੇ ਅਸੀਂ ਬਣਾ ਸਕਦੇ ਹਾਂ ਸੋਹਨ ਇਜ਼ ਅ ਮੈਂਬਰ ਆਫ ਦਾ ਲੇਕ ਕਲਬ ਜਾਂ ਹੀ ਇਜ਼ ਅ ਮੈਂਬਰ ਆਫ ਦਾ ਕ੍ਰਿਕਟ ਟੀਮ ਟੱਚ ਟੱਚ ਹੁੰਦਾ ਛੂਣਾ ਤੇ ਬ੍ਰੈਕਟ ਵਿੱਚ ਵੀ ਲਿਖਿਆ ਜਿਸ ਦਾ ਅਰਥ ਹੈ ਕਿ ਇਹ ਇੱਕ ਵਰਬ ਹੈ ਟੂ ਪੁੱਟ ਵਨਸ ਹੈਂਡ ਔਨ অর ਅਗੇਂਸਟ ਸਮਥਿੰਗ ਆਪਣਾ ਹੱਥ ਕਿਸੇ ਦੇ ਉੱਪਰ ਜਾਂ ਕਿਸੇ ਦੇ ਵੱਲ ਰੱਖਣਾ ਡੋਨਟ ਟੱਚ ਦਾ ਪੌਟ ਇਟ ਇਜ਼ ਵੈਰੀ ਹੌਟ ਤੇ ਇਸੇ ਬਣਾ ਸਕਦੇ ਆ ਸੈਂਟੈਂਸ ਡੋਨਟ ਟੱਚ ਇਟ ਕੰਟੀਨਿਊਡ ਕੰਟੀਨਿਊਡ ਇੱਕ ਵਰਬ ਹੈ ਜਿਸ ਦਾ ਅਰਥ ਹੁੰਦਾ ਜਾਰੀ ਰਹਿਣਾ ਸਮਥਿੰਗ ਥੈਟ ਗੋਸ ਔਨ ਐਂਡ ਔਨ ਦਾ ਗੇਮ ਕੰਟੀਨਿਊਡ ਫਾਰ 2 ਆਵਰਸ ਐਸੀ ਬਣਾ ਸਕਦੇ ਆ ਸੈਂਟੈਂਸ ਹੀ ਕੰਟੀਨਿਊਡ ਦਾ ਵਰਕ ਫਾਰ ਅ ਲੌਂਗ ਟਾਈਮ ਉਸਨੇ ਲੰਮੇ ਸਮੇਂ ਤੱਕ ਕੰਮ ਜਾਰੀ ਰੱਖਿਆ ਹੁਣ ਅਸੀਂ ਕਰਾਂਗੇ ਕੁਐਸਚਨ ਆਨਸਰਸ ਐਕਟੀਵਿਟੀ 3 ਵਟ ਕੁਆਲਿਟੀਜ਼ ਆਰ ਨੀਡੇਡ ਟੂ ਪਲੇ ਕਬੱਡੀ ਕਬੱਡੀ ਦੇ ਖੇਡਣ ਲਈ ਕਿਹੜੇ ਗੁਣ ਚਾਹੀਦੇ ਹਨ The players of kabaddi should be strong quick and able to control their breath and hold it for a long time. ਤੇ ਕਬੱਡੀ ਦੇ ਖਿਡਾਰੀ ਮਜ਼ਬੂਤ ਹੋਣੇ ਚਾਹੀਦੇ ਨੇ ਤੇਜ਼ ਹੋਣੇ ਚਾਹੀਦੇ ਨੇ ਅਤੇ ਉਹਨਾਂ ਦਾ ਆਪਣੇ ਸਾਹ ਦੇ ਉੱਪਰ ਕੰਟਰੋਲ ਹੋਣਾ ਚਾਹੀਦਾ ਹੈ ਅਤੇ ਕਾਫੀ ਲੰਮੇ ਸਮੇਂ ਤੱਕ ਉਹਨਾਂ ਨੂੰ ਸਾਹ ਰੋਕੇ ਰੱਖਣਾ ਆ ਚਾਹੀਦਾ। Next question hai when is a person out in kabaddi? Kabaddi ਵਿੱਚ ਇੱਕ ਖਿਡਾਰੀ ਆਊਟ ਕਦੋਂ ਹੁੰਦਾ ਹੈ? A person who is touched or if he is not able to get back to the team is declared out. ਇਹ ਪਰਸਨ ਜਿਸ ਨੂੰ ਛੂਲਿਆ ਗਿਆ ਹੋਵੇ ਜਾਂ ਜਿਹੜਾ ਉਹ ਖਿਡਾਰੀ ਜੋ ਕਿ ਆਪਣੇ ਟੀਮ ਵਿੱਚ ਵਾਪਸ ਨਾ ਆ ਪਾਇਆ ਹੋਵੇ ਤੇ ਉਸ ਨੂੰ ਆਊਟ ਡਿਕਲੇਅਰ ਕੀਤਾ ਜਾਂਦਾ ਹੈ ਹਾਊ ਮੈਨੀ ਪਲੇਅਰਸ ਆ ਨੀਡੇਡ ਇਨ ਅ ਕਬੱਡੀ ਟੀਮ ਤੇ ਕਬੱਡੀ ਦੀ ਇੱਕ ਟੀਮ ਵਿੱਚ ਕਿੰਨੇ ਖਿਡਾਰੀਆਂ ਦੀ ਨੀਡ ਹੁੰਦੀ ਹੈ ਸੈਵਨ ਪਲੇਅਰਸ ਆ ਨੀਡੇਡ ਇਨ ਕਬੱਡੀ ਟੀਮ ਕਿ ਇੱਕ ਟੀਮ ਵਿੱਚ ਸੱਤ ਖਿਡਾਰੀ ਹੁੰਦੇ ਹਨ ਵਿਚ ਟੀਮ wins the game ਦੇ ਕਿਹੜੀ ਟੀਮ ਹੈ ਮੈਚ ਜਿੱਤਦੀ ਹੈ when all the members of a team are out the other team wins the game ਜਦੋਂ ਇੱਕ किसी टीम के सारे खिडारी आउट हो जाते हैं तो दूजी टीम है, वो गेम है, जित है। इस कबड्डी की अभी पढ़िया ना कि वर्ल्ड कप भी हो रहा हैं कबड्डी था कबड्डी इंटरनेशनल गेम है इंटरनेशनल स्टार्ट गेम स्टार्ट एज एन इंटरल इवेंट खेड एज एन इंटरशनल इवेंट हुई द गेमैशनल फोर वर्ल्ड कप 2004 हज़ार वर्ल्ड कप विच कप गेम एज एन इन इंटरनेशनल इवेंट है स्टार्ट हुई तो तो बाद एक्टिविटी फोर सेलेक्ट द करेक्ट वर्ड फ्रॉम द बॉक्स गिवन बिलो एंड गिवन स्पेस दिस इज वेयर यू बैट एंड बॉल इन क्रिकेट कि तीन क्रिकेट में बैटिंग बॉलिंग कितने कर दौ पिच क्रिकेट पिच में कर दें तो इतगा पिच दिस इज वेयर यू कैन प्ले बास्केटबॉल बास्केटबॉल कितने खेड दो कोर्ट के लिखा कोर्ट ਦਿਸ ਪਰਸਨ ਵਾਚਸ ਅ ਗੇਮ অর ਅ ਮੈਚ ਤੇ ਕਿਹੜਾ ਪਰਸਨ ਹੈ ਜਿਹੜਾ ਗੇਮ ਜਾਂ ਮੈਚ ਨੂੰ ਦੇਖਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਸਪੈਕਟੇਟਰ ਜਿਸ ਦਾ ਅਰਥ ਹੁੰਦਾ ਹੈ ਦਰਸ਼ਕ ਦਿਸ ਇਜ਼ ਸਮਥਿੰਗ ਥੈਟ ਮੇਕਸ ਲਾਊਡ ਨੋਇਸ ਤੇ ਅਸੀਂ ਲਾਊਡ ਨੋਇਸ ਕਿਸ ਤਰ੍ਹਾਂ ਵਜਾਉਂਦੇ ਹਾਂ ਸੀਟੀ ਦੇ ਨਾਲ ਵਿਸਲ ਦੇ ਨਾਲ ਤੇ ਇੱਥੇ ਆਊਗਾ ਵਿਸਲ ਕਿ ਮੈਚ ਵਿੱਚ ਅਸੀਂ ਦੇਖਦੇ ਹਾਂ ਨਾ ਕਿ ਜਿਹੜੇ ਦਰਸ਼ਕ ਹੁੰਦੇ ਨੇ ਉਹ ਸੀਟੀਆਂ ਵਜਾਉਂਦੇ ਨੇ ਨੈਕਸਟ ਦਿਸ ਇਜ਼ ਦਾ ਰਿਜ਼ਲਟ ਆਫ ਅ ਮੈਚ ਇਨ ਵਿਚ ਨੀਦਰ ਸਾਈਡ ਵਿਨਸ जो कोई भी टीम नहीं जितती तो की होंगे ड्रॉ होंगे बराबरी होंगी अगे ड्रॉ दिस इज समवन जज द परफॉर्मेंस ऑफ प्लेयर प्लेयर से परफॉर्मेंस जज कौन करता है रैफरी अस इज वेर यू सिट और स्टैंड टू वॉच अ मैच दर्शक कितने बैठे होंगे या खड़े होंगे मैच देखने आंसर है स्टैंड दिस इज समन टीचिस यू हाउ टू प्ले अपोर्ट ਤੇ ਕੌਣ ਸਾਨੂੰ ਸਿਖਾਉਂਦਾ ਹੈ ਵੀ ਖੇਡ ਅਸੀਂ ਕਿਸ ਤਰ੍ਹਾਂ ਖੇਡਣੀ ਹੈ ਕੋਚ ਥਿਸ ਪਰਸਨ ਮੇਕਸ ਸ਼ੋਰ ਥੈਟ ਰੂਲਸ ਆਰ ਫਾਲੋਡ ਔਨ ਦਾ ਕ੍ਰਿਕਟ ਗਰਾਊਂਡ ਤੇ ਇਸ ਦਾ ਆਨਸਰ ਹੈ ਅੰਪਾਇਰ ਤੇ ਅੰਪਾਇਰ ਹੈ ਦੇਖਦਾ ਵੀ ਰੂਲਸ ਫਾਲੋ ਹੋ ਰਹੇ ਨੇ ਥਿਸ ਇਜ਼ ਅ ਪਲੇਸ ਵੇਅਰ ਪਲੇਅਰਸ ਰੈਸਟ ਐਂਡ ਗੈਟ ਰੈਡੀ ਫਾਰ ਦਾ ਗੇਮ ਪਵੇਲੀਅਨ ਤੇ ਪਵੇਲੀਅਨ ਵਿੱਚ ਜਿਹੜੇ ਪਲੇਅਰਸ ਨੇ ਉਹ ਰੈਸਟ ਕਰਦੇ ਨੇ ਅਤੇ ਗੇਮ ਵਾਸਤੇ ਤਿਆਰ ਹੁੰਦੇ ਹਨ ਤੇ ਸਟੂਡੈਂਟਸ ਐਸੀ ਕਾ ਲਿਟਰੇਚਰ ਪਾਰਟ ਹੁਣ ਅਸੀਂ ਕਰਾਂਗੇ ਗ੍ਰਾਮਰ ਜਿਸ ਵਿੱਚ ਸਭ ਤੋਂ ਪਹਿਲਾਂ ਅਸੀਂ ਕਰਾਂਗੇ articles ਤੇ ਆਰਟिकल्स ਕੀ ਹੁੰਦੇ ਨੇ a an and the are the words that come before a noun they are called articles ਤੇ ਨਾਉਨਸ ਤੋਂ ਪਹਿਲਾਂ ਜਿਹੜੇ ਸ਼ਬਦ ਆਉਂਦੇ ਨੇ ਜਿਵੇਂ a an ਜਾਂ the ਤੇ ਇਹਨਾਂ ਨੂੰ ਆਰਟिकल्स ਕਿਹਾ ਜਾਂਦਾ ਤੇ ਇਹਦੀ ਵਰਤੋਂ ਕਦੋਂ ਹੁੰਦੀ ਹੈ ਕੌਨਸੋਨੈਂਟ ਸਾਊਂਡ ਤੋਂ ਪਹਿਲਾਂ ਜਿਵੇਂ a dog a cat ਤੇ an ਦੀ ਵਰਤੋਂ ਕਦੋਂ ਹੁੰਦੀ ਹੈ ਵੋਵਲ ਸਾਊਂਡ ਤੋਂ ਪਹਿਲਾਂ ਕਿ ਆਪ ਸਾਰੇ ਨੂੰ ਪਤਾ ਹੈ ਕਿ ਇੰਗਲਿਸ਼ ਵਿੱਚ A E I O U ਵੋਵਲਸ ਹਨ ਤੇ ਵੋਵਲ ਸਾਊਂਡ ਤੋਂ ਪਹਿਲਾਂ ਹਮੇਸ਼ਾ ਐਨ ਦੀ ਵਰਤ ਹੁੰਦੀ ਹੈ ਜਿਵੇਂ ਐਨ ਐਪਲ ਐਨ ਆਂਟ ਐਨ ਅੰਬ੍ਰੇਲਾ ਤੇ A E I O U ਤੋਂ ਇਲਾਵਾ ਜਿਹੜੇ ਸ਼ਬਦ ਹੁੰਦੇ ਹਨ ਉਹ ਹੁੰਦੇ ਹਨ ਕੌਨਸੋਨੈਂਟਸ ਤੇ ਕੌਨਸੋਨੈਂਟ ਸਾਊਂਡ ਤੋਂ ਪਹਿਲਾਂ ਇਹ ਦੀ ਵਰਤ ਹੁੰਦੀ ਹੈ ਤੇ ਵੋਵਲ ਸਾਊਂਡ ਤੋਂ ਪਹਿਲਾਂ ਐਨ ਦੀ ਵਰਤ ਹੁੰਦੀ ਹੈ ਤੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ the ਦੀ ਵਰਤੋਂ ਅਸੀਂ ਕਦੋਂ ਕਰਨੀ ਹੈ ਜਦੋਂ ਅਸੀਂ ਕਿਸੇ ਪਾਰਟਿਕੂਲਰ ਪਰਸਨ ਜਾਂ ਪਾਰਟਿਕੂਲਰ ਥਿੰਗ ਦੀ ਗੱਲ ਕਰੀਏ ਤਾਂ ਅਸੀਂ the ਦੀ ਵਰਤੋਂ ਕਰਨੀ ਹੈ ਜਿਵੇਂ ਕਿ the earth the moon the book the sun the black dog ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 5 ਫਿਲ ਇਨ ਦਾ ਬਲੈਂਕਸ ਵਿਦ a অর an me i have an orange please ਕਿਉਂਕਿ o ਇੱਕ ਵੋਵਲ ਹੈ ਤੇ ਇਸ ਕਰਕੇ ਵੋਵਲ ਦੀ ਸਾਊਂਡ ਆ ਰਹੀ ਹੈ ਤੇ ਇਸ ਕਰਕੇ ਅਸੀਂ ਲਿਖਾਂਗੇ an कबड्डी ਇਸ ਅ ਟੀਮ ਗੇਮ ਤੇ ਇੱਥੇ टी कॉन्सोनेट है टी साउंड इस करके आऊगा ए एन आउल इज एन इंटेलीजेंट बर्ड तो आई वॉवल सोल्जर लॉस एन आई इन द वॉर अ फ्लाई इज एन इनसे हेल्थी फूड अ काउ इज अ डोमेस्टिक एनिमल एन एलीफेंट हैज़ अ लोंग ट्रंक हूँ अस कर बिथ ए एन द संजय इन अमॉल हाउस

ਜਾ ਅਸੀਂ ਕਿਸੇ ਪਾਰਟਿਕੂਲਰ ਚੀਜ਼ ਦੀ ਗੱਲ ਕਰੀਏ ਜਿਵੇਂ ਦ ਲਾਇਬ੍ਰੇਰੀ ਦਾ ਬੈਂਕ ਕਿ ਅਸੀਂ ਪਾਰਟਿਕੂਲਰ ਲਾਇਬ੍ਰੇਰੀ ਜਾਂ ਪਾਰਟਿਕੂਲਰ ਬੈਂਕ ਦੀ ਗੱਲ ਕਰ ਰਹੇ ਹਾਂ ਤੇ ਇਸ ਕਰਕੇ ਦ ਆਊਗਾ ਵੀ ਯੂਜ਼ ਦ ਵੈਨ ਦ ਨਾਉਨ ਬਿਫੋਰ ਵਿਚ ਦ ਆਰਟੀਕਲ ਹੈਸ ਟੂ ਬੀ ਯੂਜ਼ਡ ਕਮਸ ਦ ਸੈਕੰਡ ਟਾਈਮ ਇਨ ਦ ਸੇਮ ਪੈਸੇਜ ਕਿ ਜਿਸ ਦੀ ਗੱਲ ਅਸੀਂ ਪੈਸੇਜ ਵਿੱਚ ਪਹਿਲਾਂ ਹੀ ਕਰ ਚੁੱਕੇ ਹਾਂ ਜੇ ਅਸੀਂ ਉਸ ਦੀ ਗੱਲ ਦੁਆਰਾ ਤੋਂ ਕਰੀਏ ਤਾਂ ਵੀ ਦ ਆਊਗਾ ਜਿਵੇਂ ਅਈ ਸੋ ਅਮੂਵੀ ਲਾਸਟ ਰਾਈਟ ਤੇ ਅਮੂਵੀ ਕੇ ਅਸ ਇਸ ਮੂਵੀ ਦੀ ਗੱਲ ਕੀਤੀ ਤੇ ਜਦੋਂ ਹਣ ਅਸੀਂ ਦੁਬਾਰਾ ਯੂਜ਼ ਕਰਾਂਗੇ ਮੂਵੀ ਵਰਡ ਤੇ ਉਸ ਤੋਂ ਪਹਿਲਾਂ ਸੀ ਦ ਲਿਖਾਂਗੇ ਦ ਮੂਵੀ ਵਾਸ ਸੋ ਬੋਰਿੰਗ ਥੈਟ ਆਈ ਫੈਲ ਐਸਲੀਪ ਕਿਉਂਕਿ ਅਸੀਂ ਉਸ ਦੀ ਗੱਲ ਪਹਿਲਾਂ ਹੀ ਕਰ ਚੁੱਕੇ ਸੀ ਤੇ ਐਕਟੀਵਿਟੀ 7 ਸਿਲੈਕਟ ਦ ਰਾਈਟ ਆਰਟੀਕਲ ਐਂਡ ਅੰਡਰਲਾਈਨ ਇਟ ਮਾਈ ਮਦਰ ਇਜ਼ ਅ ਡਾਕਟਰ ਐਂਡ ਮਾਈ ਫਾਦਰ ਇਜ਼ ਐਨ ਆਥਰ ਤੇ ਆਪ ਸਾਰੇ ਨੂੰ ਪਤਾ ਕਿ ਏ ਐਨ ਅਤੇ ਦ ਦੀ ਵਰਤੋਂ ਕਦੋਂ-ਕਦੋਂ ਕਰਨੀ ਆ Raghav recommended a good dentist but that dentist doesn't have time for the next two months Mount Everest is the highest peak in the world it is a very beautiful mountain te third degree means ki sab to vadiya cheez ik gal ho jivein high higher highest te third degree vich vi assi jada the di vartu karde ha Umar recommended a book to bubbly She didn't like the book at all. Do you have a vacuum cleaner? I dropped a piece of cake on my carpet and I need to clean it up. Rosie, where's the leash? Leash under patta. I have to take the dog for a walk. I can't find it. It was in the balcony but now it's not there. Where is the dictionary? I need to look up a word in it. Do you have a passport you need a passport to travel outside the country There's a big dog in the lawn I think the dog want something to eat Do you have a laptop yes I have a laptop and an ipad The activity 8 vich assi suitable words likhne han ya one word for many a shape like an egg to vese ta shape nu oval shape keha janda par sade lesson vich jehda word use hoya world ki puri duniya te duniya hundi hai oval shape vich te assi itthe world likhya इस समर नजिट अर अ पलेस इस वि ग्रुप ऑफ पीपल प्लेइंग टूगे एक्टिविटी करना इन कबड्डी कबड्डी कैन बी प्लेड इतने लिख सकते बिटवीन टू टीम्स या बाय बोत मैन एंड वूमे अगला कबड्डी प्लेयर नीड्स टू तो बी क्विक एंड फास्ट ऑन देयर फीट ਤੇ ਐਕਟੀਵਿਟੀ 10 ਵਿੱਚ ਨਾ ਸਿ ਵਰਡਸ ਫਾਈਂਡ ਆਊਟ ਕਰਨੇ ਹਨ ਥੱਲੇ ਟੇਬਲ ਵਿੱਚੋਂ ਜਿਵੇਂ ਕਿ ক্রিকেট ਗਲੀ ਸਕੋਰ ਪਿਚ ਰੈਫਰੀ ਪੈਨਲਟੀ ਕਬੱਡੀ ਕੋਰਨਰ ਸੋਕਰ ਸੈਂਚਰੀ ਅਤੇ ਰਿਚ ਤੇ ਹੁਣ ਇਹਨਾਂ ਵਰਡਸ ਨੂੰ ਸਿ ਫਾਈਂਡ ਆਊਟ ਕਰਕੇ ਮਾਰਕ ਕੀਤਾ ਹੋਇਆ ਤੇ ਆਪ ਸਾਰੇ ਵਿਦਿਆਰਥੀ ਵੀ ਇਹਨਾਂ ਵਰਡਸ ਨੂੰ ਮਾਰਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਐਕਟੀਵਿਟੀ 11 ਜਿਸ ਵਿੱਚ ਰੋਹਿਤ ਅਤੇ ਉਸਦੇ ਪਿਤਾ ਜੀ ਜ਼ੂ ਵਿੱਚ ਗਏ ਹਨ ਤੇ ਉੱਥੇ ਉਹਨਾਂ ਨੇ ਬਹੁਤ ਸਾਰੇ ਜਾਨਵਰ ਦੇਖੇ ਤੇ ਉਹਨਾਂ ਦੇ ਵਿਚਕਾਰ ਕੀ ਗੱਲਬਾਤ ਹੋ ਰਹੀ ਹੈ ਤੇ ਉਹ ਅਸੀਂ ਦੇਖਦੇ ਹਾਂ ਰੋਹਿਤ ਪਾਪਾ ਇਜ਼ 댓 ਅ ਲਾਇਨ ਕੀ ਪਿਤਾ ਜੀ ਕੀ ਉਹ ਸ਼ੇਰ ਹੈ ਫਾਦਰ ਨੋ ਇਟ ਇਜ਼ ਨੋਟ ਲੁੱਕ ਅਗੇਨ ਅ ਲਾਇਨ ਡਸ ਨੋਟ ਹੈਵ ਸਪਾਟਸ ਔਨ ਇਟ ਧਿਆਨ ਨਾਲ ਦੇਖੋ ਕਿ ਸ਼ੇਰ ਦੀ ਬਾਡੀ ਵਿੱਚ ਤੱਬੇ ਨਹੀਂ ਹੁੰਦੇ ਇਟ ਹੈਜ਼ ਅ ਮੇਨ ਉਸਦੇ ਗਰਲ ਵਿੱਚ ਵਾਲ ਹੁੰਦੇ ਹਨ ਰੋਹਿਤ ਓ ਆਈ نو ਵਟ ਇਟ ਇਜ਼ ਇਟ ਇਜ਼ ਅ ਲੈਪਰਡ ਤੇ ਮੈਨੂੰ ਪਤਾ ਹੈ ਕਿ ਇਹ ਹੈ ਇਹ ਹੈ ਕਿ ਚੀਤਾ ਫਾਦਰ ਯੂ ਆਰ ਰਾਈਟ ਇਟ ਇਜ਼ ਅ ਲੈਪਰਡ ਤੇ ਹੁਣ ਅਸੀਂ ਐਸੇ ਕਨਵਰਸੇਸ਼ਨ ਨੂੰ ਰੀਰਾਈਟ ਕਰਨਾ ਹੈ ਫੌਕਸ ਅਤੇ ਵੁਲਫ ਦਾ ਐਗਜ਼ਾਮਪਲ ਲੈ ਕੇ ਤੇ ਅਸੀਂ ਐਸੇ ਕਿਹਾ ਕਿ ਬੂਸ਼ੀ ਟੇਲ ਕੀ ਚਾੜੀਦਾਰ ਪੂਛ ਕਿਸ ਦੀ ਹੁੰਦੀ ਹੈ ਰੋਹਿਤ ਪਾਪਾ ਇਜ਼ ਦੈਟ ਅ ਵੁਲਫ ਪਿਤਾ ਜੀ ਕੀ ਉਹ ਇੱਕ ਬਗਿਆੜ ਫਾਦਰ ਨੋ ਰੋਹਿਤ ਇਟ ਇਜ਼ ਨਾਟ ਲੁੱਕ ਅਗੇਨ ਨਹੀਂ ਰੋਹਿਤ ਦੁਆਰਾ ਤਾਂ ਦੇਖੋ ਅ ਵੁਲਫ ਡਸ ਨਾਟ ਹੈਵ ਅ ਬੂਸ਼ੀ ਟੇਲ ਕਿ ਵੁਲਫ ਅਧੀ ਚੜੀਦਾਰ ਪੂਛ ਨਹੀਂ ਹੁੰਦੀ ਰੋਹਿਤ ਆਨੋ ਵਟ ਇਟ ਇਜ਼ ਕਿ ਮੈਨੂੰ ਪਤਾ ਹੈ ਉਹ ਕੀ ਹੈ ਇਟ ਇਜ਼ ਅ ਫੌਕਸ ਉਹ ਇੱਕ ਲੂੰਬੜੀ ਹੈ 댓ਸ ਰਾਈਟ ਰੋਹਿਤ ਇਟ ਇਜ਼ ਅ ਫੌਕਸ ਤੇ ਇਸ ਤੋਂ ਬਾਅਦ ਹੈ ਐਕਟੀਵਿਟੀ 12 ਗਾਈਡਡ ਕੰਪੋਜੀਸ਼ਨ ਤੇ ਗਾਈਡਡ ਕੰਪੋਜੀਸ਼ਨ ਕਿਉਂ ਕਿ ਆ ਗਿਆ ਹੈ ਕਿ ਇੱਥੇ ਸਾਨੂੰ ਹਿੰਟਸ ਦਿੱਤੇ ਗਏ ਹਨ ਤੇ ਅਥੇ ਅਸੀਂ 5 ਸੈਂਟੈਂਸ ਲਿਖਣੇ ਹਨ ਉਸ ਗੇਮ ਦੇ ਬਾਰੇ ਜੋ ਕਿ ਸਾਨੂੰ ਖੇਡਣਾ ਪਸੰਦ ਹੈ ਤਾਂ ਤੁਸੀਂ ਵੀ ਲਿਖ ਸਕਦੇ ਹੋ ਆਪਣੀ ਫੇਵਰਿਟ ਗੇਮ ਦੇ ਬਾਰੇ ਤੇ ਅਸੀਂ ਲਿਖਿਆ ਪਲੇਇੰਗ ਕ੍ਰਿਕਟ ਇਜ਼ ਮਾਈ ਹੌਬੀ it helps me to maintain my health and fitness it provides me energy and stamina it makes me strong it is a team game the end which activity 13 to ithe asi kabaddi de bare thodi si information read karde ha one of the favorite games of punjab seven members in each team requires strength and energy one needs to be quick one has to come back to the team without being touched jassi ya na hints nu pad le asi information nu pad lete ha aur asi 60 70 words vich kabaddi de bare likhna hai जैसे लिख सकते हैं कबड्डी इज वन ऑफ द फेवरेट गेम्स ऑफ पंजाब इट इज अ टीम गेम टू टीम्स प्ले अगेंस्ट ईच अदर देयर आर सेवन मेंबर्स इन ईच टीम प्लेइंग कबड्डी रिक्वायर्स स्ट्रेंथ एंड एनर्जी इन दिस गेम वन हैज़ टू कम बैक टू द टीम विदाउट बीइंग टचड व्हेन ऑल द मेंबर्स ऑफ अ टीम आर आउट द अदर टीम विंस द गेम